ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਕਿ ਇਹ ਜਿਹੜਾ ਤੀਜੀ ਵਾਰੀ ਬੀਜੇਪੀ ਸਰਕਾਰ ਦਾ ਆਉਣਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੀਜੀ ਵਾਰੀ ਬਣਨਾ ਇਹ ਦੇਸ਼ ਦੀ ਬਦਕਿਸਮਤੀ ਹੈ। ਬੇਸ਼ੱਕ ਕੋਈ ਬੋਲ ਰਿਹਾ ਕੋਈ ਨਹੀਂ ਬੋਲ ਰਿਹਾ, ਲੇਕਿਨ ਦੱਬੀ ਜ਼ੁਬਾਨ ਦੇ ਵਿੱਚ ਸਾਰੇ ਸਾਡੇ ਜਿਹੜੇ ਇਸ ਦੇਸ਼ ਦੇ ਬੁੱਧੀਜੀਵ ਹੈ, ਇਸ ਦੇਸ਼ ਦੀਆਂ ਸੰਸਥਾਵਾਂ ਦੇ ਮੁਖੀ ਹੈ ਔਰ ਸਾਰੇ ਆਮ ਲੋਕ ਇਹ ਮਹਿਸੂਸ ਕਰਦੇ ਹੈ ਕਿ ਦੇਸ਼ ਦੇ ਅੰਦਰ ਬੜਾ ਵੱਡਾ ਅਨਿਆਂ ਹੈ ਔਰ ਦੇਸ਼ ਦੇ ਲੋਕਾਂ ਤੋਂ ਬੜੀ ਵੱਡੀ ਗਲਤੀ ਹੋਈ ਹੈ। ਬੇਸ਼ੱਕ ਬਹੁਤ ਸਾਰਾ ਜਿਸ ਪ੍ਰਕਾਰ ਧਨ ਦੌਲਤ ਪਦਾਰਥ ਮੀਡੀਆ ਔਰ ਹਰ ਚੀਜ਼ ਦੀ ਵਰਤੋਂ ਕੀਤੀ ਗਈ ਔਰ ਇੱਥੋਂ ਤੱਕ ਕਿ ਸਾਹਮਣੇ ਵਾਲੇ ਜਿਹੜੇ ਲੋਕ ਵਿਰੋਧੀ ਸਨ ਜਿਹੜੇ ਲੜਨਾ ਚੁਣਾਵ ਚਾਹੁੰਦੇ ਸਨ ਉਹਨਾਂ ਨੂੰ ਕਿਸੇ ਨੂੰ ਫੜ ਕੇ ਜੇਲ੍ਹ ਪਾ ਦਿੱਤਾ ਗਿਆ ਔਰ ਕਿਸੇ ਦੇ ਸਾਡੀ ਪਾਰਟੀ ਦੇ ਅਕਾਊਂਟ ਸੀਜ਼ ਕਰ ਦਿੱਤੇ ਗਏ। ਇਸ ਤਰ੍ਹਾਂ ਦਾ ਇਸ ਦੇਸ਼ ਦੇ ਅੰਦਰ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਮੇਰੇ ਸਰਕਾਰੀਓ ਭਰਾਓ। ਮੈਂ ਗੱਲ ਕਰ ਰਿਹਾ ਸੀ ਬੱਚਿਆਂ ਦੇ ਭਵਿੱਖ ਦੀ, 23,23,000 ਉਹਨਾਂ ਬੱਚਿਆਂ ਦਾ ਕੀ ਕਸੂਰ ਹੈ? ਅੱਜ ਕਈ ਬੱਚੇ ਸੁਸਾਈਡ ਕਰ ਰਹੇ ਨੇ, ਅੱਜ ਆਤਮ ਹੱਤਿਆ ਕਰਨ ਤੇ ਦੇਸ਼ ਦਾ ਨੌਜਵਾਨ ਮਜਬੂਰ ਹੋ ਚੁੱਕਿਆ ਹੈ, ਅੱਜ ਕਈ ਡਿਪਰੈਸ਼ਨ ਚਲੇ ਗਏ ਨੇ, ਅੱਜ ਕਈਆਂ ਦੇ ਮਾਂ ਪਿਓ ਆਤਮ ਹੱਤਿਆ ਕਰਨ ਦੇ ਬਾਰੇ ਸੋਚ ਰਹੇ ਨੇ। ਇਹ ਦੇਸ਼ ਦੇ ਹਾਲਾਤ ਬਣ ਕੇ ਰਹਿ ਗਏ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਮਨ ਕੀ ਬਾਤ ਕਰਦੇ। ਮੈਨੂੰ ਯਾਦ ਹੈ ਆ ਪੱਤਰਕਾਰ ਸਾਥੀ ਪੁੱਛ ਰਹੇ ਸਨ ਕਿ ਇਨਕੁਆਇਰੀ ਲਾ ਦਿੱਤੀ ਗਈ ਹੈ, ਇਨਕੁਆਇਰੀ ਲਾ ਦਿੱਤੀ ਗਈ ਹੈ। ਮੈਨੂੰ ਯਾਦ ਹੈ ਮਣੀਪੁਰ ਦੀ ਉਹ ਘਟਨਾ ਜਿਹੜੀ 6 ਮਹੀਨੇ ਤੱਕ ਬਾਹਰ ਨਹੀਂ ਆਈ ਔਰ ਜਦੋਂ ਸਾਡੀ ਭੈਣ ਔਰਤ ਦੀ ਉਹ ਵੀਡੀਓ ਆਈ ਉਸ ਤੋਂ ਬਾਅਦ ਇਸ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਥੋੜ੍ਹੀ ਮੋਟੀ ਹਰਕਤ ਆਈ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਉਸ ਘਟਨਾ ਦੇ ਉੱਤੇ ਇੱਕ ਵੀ ਟਿੱਪਣੀ ਨਹੀਂ ਕੀਤੀ ਔਰ 23,30,000 ਨੌਜਵਾਨ ਬੱਚਿਆਂ ਦੇ ਭਵਿੱਖ ਦੀ ਗੱਲ ਹੈ, ਲੇਕਿਨ ਹਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਦੇ ਤੇ ਆਪਦੇ ਮਨ ਕੀ ਬਾਤ ਨਹੀਂ ਕਹੀ। ਅਫਸੋਸ ਹੈ ਗਾਂਧੀ ਸਾਹਿਬ, KP ਸਾਹਿਬ ਕਿ ਇਸ ਦੇਸ਼ 5 ਸਾਲਾਂ 'ਚ 41 ਵਾਰ ਪੇਪਰ ਲੀਕ ਹੋਇਆ ਹੈ, 41 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਅੱਡ ਅੱਡ ਪੇਪਰ, ਨਾ ਕੇਵਲ ਨੀਟ ਦਾ ਪੇਪਰ, ਅੱਡ ਅੱਡ ਜਿਹੜੇ ਪੇਪਰ ਤੇ ਐਗਜ਼ਾਮ ਇਸ ਦੇਸ਼ ਦੇ ਅੰਦਰ 5 ਸਾਲਾਂ 'ਚ 41 ਵਾਰ ਲੀਕ ਹੋਏ ਹੈ ਔਰ ਹਜੇ ਤੱਕ ਕੋਈ ਵੀ ਸਰਕਾਰ ਕਿਸੇ ਅੰਜਾਮ ਤੇ ਨਹੀਂ ਪਹੁੰਚੀ। ਹੁਣ ਕਿਹਾ ਜਾ ਰਿਹਾ ਕਿ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਪਤਾ ਨਹੀਂ ਸਜ਼ਾ ਕਦੋਂ ਮਿਲੇਗੀ। CBI ਇਨਕੁਆਇਰੀ ਕਹਿੰਦੇ ਦੇਖੀ ਹੈ CBI ਏਜੰਸੀ ਤੇ, ਮੈਨੂੰ ਨਹੀਂ ਲੱਗਦਾ ਹੁਣ ਦੇਸ਼ ਦੀ ਕਿਸੇ ਏਜੰਸੀ ਤੇ ਦੇਸ਼ ਦੇ ਲੋਕਾਂ ਨੂੰ ਉਤਾਰ ਰਿਹਾ। ਮੈਂ ਤਾਂ ਇਹ ਚਾਹਾਂਗਾ, ਸਾਡੀ ਪੰਜਾਬ ਦੀ ਮੰਗ ਹੈ, ਠੀਕ ਹੈ ਈਸ਼ਰ ਦੇ 3 ਲੱਖ ਬੱਚੇ ਜਿਹੜੇ ਪੰਜਾਬ ਦੇ ਸਨ, ਜਿਹਨਾਂ ਦਾ ਭਵਿੱਖ ਜੁੜਿਆ ਗਿਆ ਸੀਗਾ, ਜਿਹਨਾਂ ਨੇ ਸੁਪਨੇ ਲਏ ਸਨ ਕਿ ਮੇਰਾ ਪੁੱਤ ਹੁਣ ਡਾਕਟਰ ਬਣੇਗਾ, ਮੇਰਾ ਪੁੱਤ ਦੀ ਐਡਮਿਸ਼ਨ ਮੈਡੀਕਲ ਕਾਲਜ ਹੋਏਗੀ, ਅੱਜ ਉਹਨਾਂ ਦੇ ਸੁਪਨੇ ਚਕਨਾ ਚੂਰ ਹੋ ਗਏ।